ਵੈਲਕਮ ਹੈ ਵੀਰੇ ਮੋਗਾ ਸੇਲ ਕਬੂਤਰ 'ਚ। ਜਿੱਦਾਂ ਕਿ ਵੀਰੇ ਤੁਹਾਨੂੰ ਹਰੇਕ ਵਾਰੀ ਸ਼ੌਂਕ ਕਰਾਈਦਾ, ਮੇਰਾ ਵੀਰ ਅੱਜ ਫਿਰ ਤੁਹਾਡੇ ਵਾਸਤੇ ਚਾਰ ਪੱਠੇ ਕੱਢੇ ਆ ਮੇਰਾ ਵੀਰ, ਠੀਕ ਹੈ ਜੀ। ਚਾਰ ਪੱਠੇ ਕੱਢੇ ਆ ਜਿਨ੍ਹਾਂ ਵਿੱਚ ਵੀਰੇ ਇੱਕ ਇਹ ਰੱਤਾ ਪੱਠਾ ਵੈ, ਇੱਕ ਕਾਲਾ ਡੱਬਾ ਪੱਠਾ ਇਹਦੇ ਵਿੱਚ, ਠੀਕ ਹੈ ਵੀਰੇ। ਇੱਕ ਇਹ ਕਾਲ ਚੀਨਾ ਪੱਠਾ ਵੈ, ਇੱਕ ਇਹ ਹੈ ਮੇਰਾ ਵੀਰ ਰਾਜਨ ਵਾਲਿਆਂ 'ਚੋਂ ਮੇਰਾ ਵੀਰ, ਖੱਟੀਆਂ ਅੱਖਾਂ ਦੇ ਵਿੱਚ, ਠੀਕ ਹੈ ਮੇਰਾ ਵੀਰ। ਰੰਗ ਲੱਗਾ ਹੋਇਆ ਵੀਰ ਨੇ ਚੱਕਿਆ ਚਕਾਇਆ ਸੀ ਬਾਜੀ ਤੋਂ, ਠੀਕ ਹੈ। ਹਲਕੀ ਜਿਹੀ ਇਹਦੇ ਮੋਹਰ ਵੀ ਲੱਗੀ ਹੋਈ ਹੈ ਮੇਰਾ ਵੀਰ, ਠੀਕ ਹੈ ਮੇਰਾ ਵੀਰ। ਅਤੇ ਚਾਰ ਦੇ ਚਾਰ ਪੱਠੇ ਆਪਾਂ ਸੇਲ ਕਰਨੇ ਆ। ਜਿਹੜੇ ਕਿਸੇ ਵੀਰ ਨੂੰ ਸਮਝ ਆਉਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ, ਠੀਕ ਹੈ ਵੀਰੇ। ਕੁਆਲਿਟੀ ਚੈੱਕ ਕਰ ਲਓ, ਬੱਚਿਆਂ ਦੀ ਖੜਤ ਵਗੈਰਾ ਦੇਖ ਲਓ, ਕਾਫੀ ਵੀਰਾਂ ਦੀ ਰਿਕੁਆਇਰਮੈਂਟ ਰਹਿੰਦੀ ਡੱਬੇ ਬੱਚਿਆਂ ਦੀ। ਚਿੱਟੀਆਂ ਅੱਖਾਂ ਦੇ ਵਿੱਚ ਇੱਕਦਮ ਦੁੱਧ ਵਰਗੀ ਅੱਖ ਦੇ ਵਿੱਚ ਬੱਚਾ ਇਹ, ਚਿੱਟੀਆਂ ਅੱਖਾਂ ਦੇ ਵਿੱਚ ਖੜਤ ਦੇਖੋ ਬੱਚਿਆਂ ਦੀ ਤੁਸੀਂ, ਠੀਕ ਹੈ। ਕਲੀਆਂ ਦੇ ਵਿੱਚ ਪੱਠੇ ਨੇ। ਜਿਹੜੇ ਕਿਸੇ ਵੀਰ ਨੂੰ ਸਮਝ ਆਉਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ। ਕੁਆਲਿਟੀ ਦੇਖੋ ਬੱਚਿਆਂ ਦੀ, ਚੈੱਕ ਕਰੋ ਖੜਤ ਵਗੈਰਾ, ਦੇਖੋ ਲੈਂਥ ਵਗੈਰਾ, ਦੇਖੋ ਕੱਦ ਕੱਦ, ਚੈੱਕ ਕਰੋ ਮੇਰਾ ਵੀਰ। ਦੇਖੋ ਵੀਰੇ ਜਿਹੜਾ ਇਹ ਬਾਜੀ ਤੋਂ ਚੱਕਿਆ ਹੋਇਆ, ਜਿਹਦੇ ਰੰਗ ਲੱਗੇ ਹੋਏ ਆ, ਇਹ ਵੀਰ ਨੇ ਕੱਟ ਕਰਤਾ ਸੀ, ਹੁਣ ਇਹਦੇ ਪੱਲੇ ਨਵੇਂ ਆ ਰਹੇ ਆ, ਨਵਾਂ ਸਰ ਹੋ ਰਿਹਾ, ਠੀਕ ਹੈ ਮੇਰਾ ਵੀਰ। ਅਤੇ ਹਲਕੀ ਫੁਲਕੀ ਇਹਦੇ ਮੋਹਰ ਵੀ ਦਿਖਦੀ ਹੈ, ਨਾ ਬਰਾਬਰ ਹੈ ਵੀਰੇ, ਫਿੱਕੀ ਹੈ ਮੋਹਰ, ਠੀਕ ਹੈ ਮੇਰਾ ਵੀਰ, ਲੱਗੀ ਹੋਈ ਹੈ ਮੇਰਾ ਵੀਰ। ਬਾਕੀ ਇਹਨਾਂ ਦਾ ਤੁਹਾਨੂੰ ਅੱਖਾਂ ਦੇ ਪੰਜਿਆਂ ਦਾ ਵੀ ਸ਼ੌਂਕ ਕਰਾਵਾਂਗਾ। ਖੜਤ ਦੇਖੋ ਲੋ ਵੀਰੇ, ਖੜਤ ਦੇਖੋ ਤੁਸੀਂ ਪੱਠੇ ਦੀ, ਰਾਜਨ ਵਾਲਿਆਂ 'ਚੋਂ ਜਿਹੜਾ ਪੱਠਾ ਵੈ, ਖੜਤ ਦੇਖੋ ਤੁਸੀਂ, ਅਤੇ ਡੱਬੇ ਪੱਠੇ ਦੀ ਖੜਤ ਦੇਖੋ, ਠੀਕ ਹੈ ਵੀਰੇ। ਸਾਰੇ ਇੱਕ ਤੋਂ ਇੱਕ ਹੈ ਪੱਠੇ ਮੇਰਾ ਵੀਰ। ਜਿਹੜੇ ਕਿਸੇ ਵੀਰ ਨੂੰ ਸਮਝ ਆਉਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ। ਕੁਆਲਿਟੀ ਚੈੱਕ ਕਰ ਲਓ ਬੱਚਿਆਂ ਦੀ ਤੁਸੀਂ, ਠੀਕ ਹੈ ਮੇਰਾ ਵੀਰ। ਅਤੇ ਬਾਹਲੀ ਆਪਾਂ ਗੱਲ ਕਰੀ ਦੀ ਹੈ ਵੀਰੇ, ਜਿਹੜੇ ਵੀਰ ਨਵੇਂ ਆਉਂਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਆ ਕਰੋ, ਖਾਸ ਕਰਕੇ ਉਹ ਵੀਰ ਜਿਹੜੇ ਵੀਰ ਆਪਣੇ ਕੋਲ ਵਟਸਐਪ 'ਤੇ ਵੀਡੀਓ ਮੰਗਦੇ ਆ, ਠੀਕ ਹੈ ਵੀਰੇ। ਬਾਕੀ ਆਪਣੇ ਕਬੂਤਰਾਂ ਦਾ ਧਿਆਨ ਰੱਖੋ, ਬਿਮਾਰੀ ਬਿਮੂਰੀ ਚੱਲ ਰਹੀ ਹੈ ਵੀਰੇ, ਮੈਂ ਹਰੇਕ ਵੀਡੀਓ 'ਚ ਬੇਨਤੀ ਕਰ ਰਿਹਾ ਸਾਰਿਆਂ ਨੂੰ, ਠੀਕ ਹੈ ਜੀ। ਹੁਣ ਇੱਕ ਇੱਕ ਕਰਕੇ ਇਹਨਾਂ ਦਾ ਅੱਖਾਂ ਦੇ ਪੰਜਿਆਂ ਦਾ ਸ਼ੌਂਕ ਕਰਾਉਣ ਲੱਗਾ ਮੇਰਾ ਵੀਰ, ਬਣੇ ਰਹੋ ਵੀਡੀਓ 'ਚ। ਲਓ ਵੀਰੇ, ਚਿੱਟੀਆਂ ਅੱਖਾਂ ਦੇ ਵਿੱਚ ਪੱਠਾ, ਠੀਕ ਹੈ ਵੀਰੇ, ਟਾਂਕਾ ਪੱਠਾ ਮੇਰਾ ਵੀਰ, ਠੀਕ ਹੈ ਵੀਰੇ। ਪੂਰਾ ਜ਼ੂਮ ਕਰਕੇ ਦਿਖਾ ਰਿਹਾ ਮੈਂ ਤੁਹਾਨੂੰ, ਠੀਕ ਹੈ ਵੀਰੇ। ਟਾਂਕਾ ਪੱਠਾ, ਇੱਧਰਲੀ ਵੀ ਅੱਖ 'ਚੋਂ ਅਤੇ ਉੱਧਰਲੀ ਵੀ ਅੱਖ 'ਚੋਂ, ਚਿੱਟੀਆਂ ਅੱਖਾਂ ਦਾ ਪੱਠਾ। ਪੂਰੇ ਚੰਗੇ ਬੰਦੇ ਘਰੋਂ ਆਏ ਹੋਏ ਆ ਪੱਠੇ, ਠੀਕ ਹੈ ਵੀਰੇ। ਪੱਲਾ ਚੈੱਕ ਕਰਾਉਣ ਲੱਗਾ, ਪੱਲਾ ਚੈੱਕ ਕਰਿਓ ਮੇਰਾ ਵੀਰ। ਲਓ ਜੀ, ਪੱਲੇ ਚੈੱਕ ਕਰੋ, ਠੀਕ ਹੈ ਵੀਰੇ। ਫੁੱਲ ਬੂਟਾ, ਫੁੱਲ ਕੁਆਲਿਟੀ ਦੇ ਪੱਠੇ ਆ ਮੇਰਾ ਵੀਰ। ਜਿਹੜੇ ਕਿਸੇ ਵੀਰ ਨੂੰ ਸਮਝ ਆਉਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ। ਕਬੂਤਰ ਤੁਹਾਨੂੰ ਪਾਪਾ ਨਹੀਂ ਲੈ ਕੇ ਆ ਰਹੇ, ਠੀਕ ਹੈ, ਗਰਮੀ ਗੁਰਮੀ ਕਰਕੇ। ਡੱਬਾ ਪੱਠਾ ਮੇਰਾ ਵੀਰ, ਡੱਬਿਆਂ 'ਚੋਂ ਨਿਕਲੂ, ਡੱਬਿਆਂ 'ਚੋਂ ਬਣਿਆ ਹੋਇਆ ਪੱਠਾ ਮੇਰਾ ਵੀਰ, ਦਾੜੀ ਵਾਲਿਆਂ 'ਚੋਂ, ਕਬੂਤਰਾਂ 'ਚੋਂ ਮੇਰਾ ਵੀਰ, ਠੀਕ ਹੈ ਵੀਰੇ। ਕੁਆਲਿਟੀ ਚੈੱਕ ਕਰੋ, ਬਹੁਤ ਜ਼ਿਆਦਾ ਜ਼ੋਰ ਮਾਰ ਰਿਹਾ ਪੱਠਾ, ਠੀਕ ਹੈ ਵੀਰੇ। ਨੈਕਸਟ ਪੱਠੇ ਦਾ ਵੀ ਸ਼ੌਂਕ ਕਰਾਉਣ ਲੱਗਾ। ਲਓ ਵੀਰੇ, ਕੱਚੀਆਂ ਪੀਲੀਆਂ ਅੱਖਾਂ ਦੇ ਵਿੱਚ ਪੱਠਾ ਮੇਰਾ ਵੀਰ, ਹਲਕੀ ਜਿਹੀ ਬਲੈਕ ਨੋਕ ਹੈ, ਕੱਚੀਆਂ ਪੀਲੀਆਂ ਅੱਖਾਂ ਦੇ ਵਿੱਚ। ਪੂਰੀ ਅੱਖ ਜ਼ੂਮ ਕਰਕੇ ਦਿਖਾ ਰਿਹਾ ਵੀ ਤੁਹਾਨੂੰ, ਠੀਕ ਹੈ ਵੀਰੇ। ਕੱਚੀਆਂ ਪੀਲੀਆਂ, ਹਲਦੀ ਵਾਲੀ ਅੱਖ ਹੈ, ਹਲਕੀ ਜਿਹੀ ਬਲੈਕ ਨੋਕ ਹੈ ਮੇਰਾ ਵੀਰ। ਫੁੱਲ ਬਟਾ, ਫੁੱਲ ਗਰੰਟਿਡ ਪੱਠਾ ਮੇਰਾ ਵੀਰ। ਮੈਂ ਫਿਰ ਤੁਹਾਨੂੰ ਬੇਨਤੀ ਕਰ ਰਿਹਾ, ਵੀਰ ਨੇ ਬਾਜੀ ਤੋਂ ਚੱਕਿਆ ਹੋਇਆ, ਹਲਕੀ ਫੁਲਕੀ ਇਹਦੇ ਮੋਹਰ ਵੀ ਲੱਗੀ ਹੋਈ ਹੈ, ਠੀਕ ਹੈ। ਪੱਲੇ ਨਵੇਂ ਆ ਰਹੇ ਆ, ਪੱਲੇ ਉਦੋਂ ਵੀਰੇ ਨੇ ਕੱਟ ਕਰਤੇ, ਖਿੱਚ ਕਰਤਾ ਸੀ ਕਬੂਤਰ, ਠੀਕ ਹੈ ਵੀਰੇ। ਪੱਲੇ ਇਹਦੇ ਨਵੇਂ ਆ ਰਹੇ ਆ, ਰੰਗ ਪੁਰਾਣੇ ਹੀ ਲੱਗੇ ਹੋਏ ਆ, ਜੋ ਹੈਗਾ ਕੁਛ ਉਹੀ ਰੰਗ ਪੁਰਾਣੇ ਲੱਗੇ ਹੋਏ ਆ ਵੀਰ ਦੇ, ਠੀਕ ਹੈ ਵੀਰੇ। ਜਿਹੜੇ ਕਿਸੇ ਵੀਰ ਨੂੰ ਸਮਝ ਆਉਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ। ਪੂਛ 'ਤੇ ਵੀ ਪਿੰਕ ਰੰਗ ਲੱਗਾ, ਇਹਦੇ ਪੰਜੇ ਆ, ਠੀਕ ਹੈ। ਛਾਤੀ 'ਤੇ ਵੀ ਇਹਦੇ ਪਿੰਕ ਰੰਗ ਲੱਗਾ ਹੋਇਆ, ਠੀਕ ਹੈ ਮੇਰਾ ਵੀਰ। ਆਪਦੇ ਵੱਲੋਂ ਵੀਰੇ ਤਸੱਲੀ ਬਖਸ਼ ਚੀਜ਼ ਦੇਈਦੀ ਹੈ ਕਿ ਕਿਸੇ ਦੇ ਘਰ ਜਾਣੀ ਹੈ, ਕਿਹੋ ਜਿਹੇ ਅਗਲੇ ਨੇ ਪੈਸੇ ਲਾਣੇ, ਕਿਹੋ ਜਿਹੇ ਨਹੀਂ, ਠੀਕ ਹੈ ਮੇਰਾ ਵੀਰ। ਅਤੇ ਬਾਕੀ ਵੀਰੇ ਤੁਹਾਨੂੰ ਪਤਾ, ਆਪਾਂ ਸ਼ਾਮਾਂ ਦੁਪਹਿਰਾਂ ਦੀਆਂ ਨਾ ਗਰੰਟੀਆਂ ਦਿੰਦੇ ਹਾਂ, ਨਸਲ 'ਤੇ ਗੱਲ ਕਰੀਦੀ ਹੈ, ਨਸਲ 'ਤੇ ਫੋਕਸ ਕਰੀਦਾ ਮੇਰਾ ਵੀਰ, ਠੀਕ ਹੈ ਵੀਰੇ। ਪੱਠੇ ਦੀ ਕੁਆਲਿਟੀ ਚੈੱਕ ਕਰ ਲਓ। ਨੈਕਸਟ ਪੱਠੇ ਦਾ ਸ਼ੌਂਕ ਕਰਾਉਣ ਲੱਗਾ ਮੇਰਾ ਵੀਰ, ਬਣੇ ਰਹੋ ਵੀਡੀਓ 'ਚ। ਲਓ ਵੀਰੇ, ਇੱਕ ਇਹ ਹੈ ਮੇਰਾ ਵੀਰ, ਜੰਟੇ ਵਾਲਿਆਂ 'ਚੋਂ ਪੱਠਾ ਮੇਰਾ ਵੀਰ, ਠੀਕ ਹੈ ਵੀਰੇ। ਕੁਆਲਿਟੀ ਚੈੱਕ ਕਰ ਲਓ,
ਠੀਕ ਹੈ ਵੀਰੇ, ਜਿਹੜੀ ਚੀਜ਼ ਹੈਗੀ ਉਹੀ ਚੀਜ਼ ਦੱਸਣੀ ਹੈ, ਫੋਕਸ ਉਹੀ ਚੀਜ਼ 'ਤੇ ਕਰਨਾ ਵੀਰੇ। ਪੱਲਾ ਬਹੁਤ ਜ਼ਿਆਦਾ ਤੇਜ਼ ਆ ਪੱਠੇ, ਲਓ ਵੀਰੇ ਪੱਲਾ ਚੈੱਕ ਕਰੋ, ਪੱਠੇ ਦਾ ਪੱਲਾ ਚੈੱਕ ਕਰੋ ਮੇਰਾ ਵੀਰ, ਠੀਕ ਹੈ ਵੀਰੇ। ਫੁੱਲ ਬਟਾ ਫੁੱਲ ਕੁਆਲਿਟੀ ਦੇ ਪੱਠੇ ਆ, ਮੈਂ ਤੁਹਾਨੂੰ ਫਿਰ ਬੇਨਤੀ ਕਰ ਰਿਹਾ, ਠੀਕ ਹੈ। ਜਿਹੜੇ ਕਿਸੇ ਵੀਰ ਨੂੰ ਸਮਝ ਆਉਂਦੀ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਮੇਰਾ ਵੀਰ, ਕੁਆਲਿਟੀ ਚੈੱਕ ਕਰ ਲਓ, ਸ਼ੌਂਕ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ, ਤੁਹਾਡੇ ਕਮੈਂਟਾਂ ਨਾਲ ਹੌਸਲਾ ਵਧਾਈ ਹੋ ਜਾਂਦੀ ਹੈ। ਹੁਣ ਤੁਹਾਨੂੰ ਸਾਰੇ ਬੱਚਿਆਂ ਦਾ ਦੁਆਰ ਤੋਂ ਛੱਡ ਕੇ ਸ਼ੌਂਕ ਕਰਾਉਣ ਲੱਗਾ ਮੇਰਾ ਵੀਰ, ਬਣੇ ਰਹੋ ਵੀਡੀਓ 'ਚ। ਲਓ ਵੀਰੇ ਕਰੋ ਸ਼ੌਂਕ ਮੇਰਾ ਵੀਰ, ਠੀਕ ਹੈ। ਬੱਚਿਆਂ ਦੀ ਖੜਤ ਦੇਖ ਲਓ, ਫਰਤੀਲਾਪਨ ਚੈੱਕ ਕਰ ਲਓ, ਠੀਕ ਹੈ ਮੇਰਾ ਵੀਰ। ਲੈਂਥ ਵਗੈਰਾ ਦੇਖ ਲਓ ਮੇਰਾ ਵੀਰ, ਠੀਕ ਹੈ। ਖੁੱਲ੍ਹੇ ਛੱਡ ਕੇ ਦਿਖਾਈ ਦੇ ਪਹਿਲੇ, ਇਸੇ ਕਰਕੇ ਖੁੱਲ੍ਹੇ ਛੱਡ ਕੇ ਦਿਖਾਈ ਦੇ, ਲਾਸਟ 'ਤੇ ਵੀ ਦਿਖਾਈ ਦੇ ਹੈ ਕਿ ਵੀਰੇ ਕਿਸੇ ਕੋਲ ਢਿੱਲਾ ਮੱਸਾ ਨਾ ਜਾਵੇ, ਕੋਈ ਉਹੋ ਜਿਹੀ ਚੀਜ਼ ਨਾ ਹੋਵੇ ਮੇਰਾ ਵੀਰ। ਬਾਕੀ ਗਰਮੀ ਬਹੁਤ ਪੈ ਰਹੀ ਹੈ ਵੀਰੇ, ਨਿੱਕੀ ਜੀ ਜਾਨ ਹੈ ਇਹ, ਠੀਕ ਹੈ। ਕੋਈ ਨਹੀਂ ਪਤਾ ਲੱਗਦਾ ਜਾਨਵਰ ਇੱਥੋਂ ਸੈੱਟ ਜਾਂਦੇ ਗਾਂਹ ਜਾ ਕੇ ਕੀ ਹੁੰਦਾ ਕੀ ਨਹੀਂ ਹੁੰਦਾ। ਆਪਦੇ ਵੱਲੋਂ ਵੀਰੇ ਸਾਰਿਆਂ ਨੂੰ ਇਹੀ ਹੁੰਦਾ ਕਿ ਤਸੱਲੀ ਬਖਸ਼ ਚੀਜ਼ ਦਿੱਤੀ ਜਾਵੇ। ਕੁਆਲਿਟੀ ਚੈੱਕ ਕਰੋ ਮੇਰਾ ਵੀਰ, ਸ਼ੌਂਕ ਕਰੋ, ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਵਾਸਤੇ ਵੀਡੀਓ ਲਿਆਉਂਦੀ ਰਿਹਾ ਕਰੀਏ। ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬੱਠਿਆਂ ਦੀ। ਲਓ ਵੀਰੇ ਕਰੋ ਖੜ ਤੋਂ ਚੈੱਕ, ਖੜ ਜਾ ਪੁੱਤ ਤੂੰ ਜ਼ਿਆਦਾ ਤੇਜ਼ ਹੈ। ਲਓ ਜੀ ਠੀਕ ਹੈ ਵੀਰੇ। ਬਾਕੀ ਵੀਰੇ ਜਿਹੜੀ ਤੁਹਾਨੂੰ ਹਰੇਕ ਵਾਰੀ ਬੇਨਤੀ ਕਰੀਦੀ ਹੈ, ਜਿਹੜੇ ਵੀਰ ਨਵੇਂ ਆਉਂਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਕਿ ਵੀਰੇ ਨਵੀਂ ਤੋਂ ਨਵੀਂ ਤੁਹਾਡੇ ਵਾਸਤੇ ਵੀਡੀਓ ਲਿਆਉਂਦੇ ਰਿਹਾ ਕਰੀਏ, ਠੀਕ ਹੈ ਵੀਰੇ। ਮਿਲਦੇ ਵੀਰੇ ਨੈਕਸਟ ਵੀਡੀਓ 'ਚ, ਲਵ ਯੂ ਵੀਰ ਸਾਰਿਆਂ ਨੂੰ।